ਪੁਲਵਾਮਾ ਦੇ ਵਿੱਚ ਹੋਏ ਆਤੰਕੀ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ਦੇ ਵਿੱਚ ਸ਼ੋਕ ਦੀ ਲਹਿਰ ਛਾ ਗਈ ਹੈ, ਉੱਥੇ ਹੀ ਲੋਕਾਂ ਦੇ ਵਿੱਚ ਰੋਸ ਵੀ ਬੜਾ ਵੱਧ ਚੁੱਕਿਆ ਹੈ, ਗੁੱਸਾ ਹੈ ਜਿਹੜਾ ਲੋਕਾਂ ਦਾ ਵੱਧ ਚੁੱਕਿਆ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਜਿਸ ਤੋਂ ਬਾਅਦ ਜਿਹੜੇ ਕਸ਼ਮੀਰੀ ਸਟੂਡੈਂਟ ਨੇ ਪੂਰੇ ਦੇਸ਼ ਦੇ ਵਿੱਚ ਜੋ ਅਲੱਗ ਅਲੱਗ ਥਾਵਾਂ 'ਤੇ ਆਪਣੀ ਸਿੱਖਿਆ ਲੈਣ ਗਏ ਨੇ, ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਆਦੇਸ਼ ਮੈਡੀਕਲ ਹੋਸਪਿਟਲ ਦੇ ਵਿੱਚ ਕਰੀਬਨ 600 ਦੇ ਕਰੀਬ ਸਟੂਡੈਂਟ ਨੇ ਇਸ ਵੇਲੇ, ਅਸੀਂ ਉਸੇ ਕਾਲਜ ਦੇ ਬਾਹਰ ਮੌਜੂਦ ਹੈ, ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਉਹ ਕਾਲਜ ਹੈ, ਇਸ ਦੇ ਵਿੱਚ ਕਰੀਬਨ 600 ਦੇ ਲਗਭਗ ਜਿਹੜੇ ਕਸ਼ਮੀਰੀ ਵਿਦਿਆਰਥੀ ਨੇ, ਅਤੇ ਜਿਨ੍ਹਾਂ ਦੀ ਸੁਰੱਖਿਆ ਨੂੰ ਪੁਖਤਾ ਕਰਦੇ ਹੋਏ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜਾ ਪੁਲਿਸ ਫੋਰਸ ਹੈ ਉਹ ਵਧਾਈ ਗਈ ਹੈ। ਤੁਸੀਂ ਮੇਰੇ ਪਿੱਛੇ ਜਿਹੜੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜੋ ਪੰਜਾਬ ਪੁਲਿਸ ਦੇ ਜਵਾਨ ਤੈਨਾਤ ਕੀਤੇ ਗਏ ਨੇ, ਹਰ ਇੱਕ ਚੌਂਕ ਦੇ ਵਿੱਚ ਜਿਹੜੇ ਜਵਾਨ ਤੈਨਾਤ ਕੀਤੇ ਹੋਏ ਨੇ, ਜੋ ਗੱਡੀਆਂ ਜਿਹੜੀਆਂ ਲਗਾਈਆਂ ਜਾ ਚੁੱਕੀਆਂ ਨੇ PCR ਦੀਆਂ, ਅਤੇ ਕਿਸੇ ਵੀ ਤਰ੍ਹਾਂ ਦੀ ਜੋ ਅਣਸੁਖਾਵੀ ਘਟਨਾ ਹੈ ਜੋ ਇੱਥੇ ਨਾ ਵਾਪਰ ਸਕੇ। ਤੁਹਾਨੂੰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਹਰ ਇੱਕ ਚੌਂਕ 'ਤੇ ਗਸ਼ਤ ਹੈ ਜਿਹੜੀ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ। ਅਸੀਂ ਜੋ ਸਟੂਡੈਂਟ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ, ਕਸ਼ਮੀਰੀ ਸਟੂਡੈਂਟ ਸੀ, ਅਤੇ ਉਹਨਾਂ ਨੇ ਦੱਸਿਆ ਕਿ ਬਿਲਕੁਲ ਸੇਫ ਹੈ ਕਿਉਂਕਿ ਪੁਲਿਸ ਵੱਲੋਂ ਜਿਹੜੀ ਗਸ਼ਤ ਲਗਾਤਾਰ ਕੀਤੀ ਜਾ ਰਹੀ ਹੈ, ਅਤੇ ਕੁਝ ਜਵਾਨ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਭਾਜੀ ਕੀ ਕੁਝ ਤੁਹਾਨੂੰ ਇੰਸਟਰਕਸ਼ਨ ਆਈਆਂ ਨੇ? ਸਾਨੂੰ ਤਾਂ ਵੀਰੇ ਕਸ਼ਮੀਰੀਆਂ ਬਾਰੇ ਕਿਹਾ ਵੀ ਇਹਨਾਂ ਨੂੰ ਸੁਰੱਖਿਆ ਲਈ ਲਏ, ਅਤੇ ਸਾਡੇ ਇੰਚਾਰਜ ਸਾਹਿਬ ਨੇ ਸਪੈਸ਼ਲ ਸਾਨੂੰ ਇਹਨਾਂ ਵਾਸਤੇ ਲਵਾਇਆ। ਆਹ ਹੋਸਟਲ ਦਾ ਅਤੇ ਬਣੇ ਨੇ ਇਹਨਾਂ, ਜਿਹਨਾਂ 'ਚ ਇੱਕ ਉੱਧਰ ਹੋਸਟਲ ਨੇ, ਇੱਕ ਦੋ ਇੱਧਰ ਹੋਸਟਲ ਨੇ, ਉਹਨਾਂ 'ਤੇ ਲਵਾਇਆ ਡਿਊਟੀ 'ਤੇ। ਤਾਂ ਤੁਸੀਂ ਸੁਣਿਆ ਕਿ ਇਹ ਜਵਾਨ ਸੀ ਪੰਜਾਬ ਪੁਲਿਸ ਦੇ, ਜੋ ਕਹਿ ਰਹੇ ਨੇ ਕਿ ਜਿਹੜੇ ਕਸ਼ਮੀਰੀ ਸਟੂਡੈਂਟ ਨੇ ਇਸ ਕਾਲਜ ਦੇ ਵਿੱਚ, ਉਹਨਾਂ ਦੀ ਜਿਹੜੀ ਸੁਰੱਖਿਆ ਨੂੰ ਪੁਖਤਾ ਬਣਾਉਣ ਦੇ ਲਈ ਕਿਸੇ ਤਰ੍ਹਾਂ ਦੀ ਵੀ ਕੋਈ ਅਣਸਖਾਵੀ ਘਟਨਾ ਨਾ ਵਾਪਰ ਜੇ, ਤਾਂ ਆਲਾ ਅਧਿਕਾਰੀਆਂ ਵੱਲੋਂ ਜਿਹੜੀ ਡਿਊਟੀ ਹੈ ਉਹ ਲਗਾਈ ਗਈ ਹੈ। ਕੈਮਰਾਮੈਨ ਰਾਜੇਸ਼ ਕੁਮਾਰ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ TV, ਬਠਿੰਡਾ।